ਹੁਣ ਤਾਂ ਆਪਾਂ ਦੇਖਿਆ ਕਿ ਕੋਈ ਦੋ ਫੋਰਸਿਸ ਕਿਸੇ ਇੱਕ ਪੁਆਇੰਟ ਦੇ ਉੱਪਰ ਐਕਟ ਕਰ ਰਹੀਆਂ ਹੋਣ ਤਾਂ ਉਹਨਾਂ ਦਾ ਰਿਜ਼ਲਟੈਂਟ ਕੀ ਹੋਏਗਾ। ਠੀਕ ਹੈ, ਕੋਈ ਫੋਰਸ ਪੀ ਅਤੇ ਫੋਰਸ ਕਿਊ ਜਦੋਂ ਖਾਸ ਐਂਗਲ ਦੇ ਉੱਪਰ ਐਕਟ ਕਰਦੀਆਂ ਨੇ ਤਾਂ ਉਹਨਾਂ ਦੋਨਾਂ ਦਾ ਰਿਜ਼ਲਟ ਨਿਕਾਲਿਆ ਜਾ ਸਕਦਾ ਸੀਗਾ। ਆਪਾਂ ਜਾਣਦੇ ਸੀ ਕਿ ਫਾਰਮੂਲਾ ਆਰ ਸਕੇਅਰ ਇਜ਼ ਇਕੁਅਲ ਟੂ ਪੀ ਸਕੇਅਰ ਪਲੱਸ ਕਿਊ ਸਕੇਅਰ ਪਲੱਸ ਟੂ ਪੀ ਕਿਊ ਕੋਸ ਅਲਫਾ, ਅਤੇ ਇੱਕ ਸਟੈਂਡਰਡ ਫਾਰਮੂਲਾ ਆਪਾਂ ਡਿਰਾਈਵ ਕੀਤਾ ਸੀ ਹੁਣ ਤੱਕ, ਤਾਂ ਉਸ ਦੀ ਹੈਲਪ ਨਾਲ ਆਪਾਂ ਈਜ਼ੀਲੀ ਰਿਜ਼ਲਟੈਂਟ ਜਿਹੜਾ ਹੈ ਦੋਨਾਂ ਫੋਰਸਿਸ ਦਾ ਨਿਕਾਲ ਸਕਦੇ ਸੀਗੇ। ਠੀਕ ਹੈ, ਅਤੇ ਇੱਕ ਦੂਸਰਾ ਫਾਰਮੂਲਾ ਵੀ ਸੀਗਾ, ਟੈਂਜੈਂਟ ਥੀਟਾ ਇਜ਼ ਇਕੁਅਲ ਟੂ ਕਿਊ ਸਾਈਨ ਅਲਫਾ ਅਪੋਨ ਪੀ ਪਲੱਸ ਕਿਊ ਕੋਸ ਅਲਫਾ, ਉਸ ਦੀ ਹੈਲਪ ਨਾਲ ਆਪਾਂ ਨਿਕਾਲ ਸਕਦੇ ਸੀ ਕਿ ਜੋ ਰਿਜ਼ਲਟੈਂਟ ਨਿਕਲਿਆ ਹੈਗਾ ਉਹਦਾ ਪੀ ਫੋਰਸ ਦੇ ਨਾਲ ਐਂਗਲ ਕਿੰਨਾ ਬਣੇਗਾ। ਠੀਕ ਹੈ, ਇਹ ਆਪਾਂ ਹੁਣ ਤੱਕ ਪੜ੍ਹਿਆ ਹੈਗਾ। ਜੋ ਹੁਣ ਆਪਾਂ ਟੋਪਿਕ ਸਟਾਰਟ ਕਰਨ ਜਾ ਰਹੇ ਹਾਂ ਇਹਦੇ ਵਿੱਚ ਆਪਾਂ ਪਤਾ ਕਰਨਾ ਚਾਹੁੰਦੇ ਹਾਂ ਕਿ ਕਿਸੇ ਫੋਰਸ ਦਾ ਫੋਰਸ ਦੇ ਕੰਪੋਨੈਂਟਸ ਕੀ ਹੋਣਗੇ ਦੋ ਅਲੱਗ ਅਲੱਗ ਡਾਇਰੈਕਸ਼ਨ ਦੇ ਵਿੱਚ। ਠੀਕ ਹੈ, ਮੈਂ ਦੁਬਾਰਾ ਰਿਪੀਟ ਕਰਦਾ ਹੈਗਾ, ਜੋ ਆਪਾਂ ਹੁਣ ਕਰਨ ਜਾ ਰਹੇ ਹਾਂ ਪਹਿਲੇ ਵਾਲੇ ਨਾਲੋਂ ਬਿਲਕੁਲ ਉਲਟਾ ਹੈ। ਪਹਿਲਾਂ ਫੋਰਸਿਸ ਦੇ ਰੱਖੀਆਂ ਸੀਗੀਆਂ, ਆਪਾਂ ਉਹਨਾਂ ਦਾ ਰਿਜ਼ਲਟੈਂਟ ਪਤਾ ਕਰਨਾ ਸੀਗਾ, ਹੁਣ ਆਪਾਂ ਨੂੰ ਇੱਕ ਤਰ੍ਹਾਂ ਨਾਲ ਰਿਜ਼ਲਟੈਂਟ ਦੇ ਰੱਖਿਆ ਹੋਏਗਾ, ਆਪਾਂ ਫੋਰਸਿਸ ਪਤਾ ਕਰਨੀਆਂ ਹੋਣਗੀਆਂ। ਤਾਂ ਇਸਦਾ ਹੈਡਿੰਗ ਕੀ ਬਣਦਾ ਹੈਗਾ, ਐਨਾਲਿਟੀਕਲ ਮੈਥਡ ਟੂ ਫਾਈਂਡ ਕੰਪੋਨੈਂਟ ਆਫ ਗਿਵਨ ਫੋਰਸ ਇਨ ਗਿਵਨ ਡਾਇਰੈਕਸ਼ਨਸ। ਠੀਕ ਹੈ, ਕੋਈ ਵੀ ਦੋ ਡਾਇਰੈਕਸ਼ਨਸ ਹੋਣਗੀਆਂ, ਆਪਾਂ ਉਹਨਾਂ ਦੋਨਾਂ ਡਾਇਰੈਕਸ਼ਨਸ ਦੇ ਵਾਲੇ ਪਾਸੇ ਆਪਾਂ ਫੋਰਸ ਦੇ ਕੰਪੋਨੈਂਟ ਫਾਈਂਡ ਕਰਨੇ ਹੋਣਗੇ। ਤਾਂ ਇਹ ਪਹਿਲੇ ਵਾਲੇ ਦਾ ਬਿਲਕੁਲ ਰਿਵਰਸ ਪ੍ਰੋਸੈਸ ਹੋਏਗਾ। ਤਾਂ ਇਸ ਨੂੰ ਮੈਂ ਦੋ ਕੇਸਿਸ ਦੇ ਵਿੱਚ ਡਿਵਾਈਡ ਕੀਤਾ ਹੋਇਆ। ਪਹਿਲਾ ਕੇਸ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਰੀਕਾਲ ਹੈ, ਜੋ ਤੁਸੀਂ ਫਿਜਿਕਸ ਦੇ ਵਿੱਚ ਬਹੁਤ ਵਾਰ ਦੇਖਿਆ ਹੋਊਗਾ ਇਸ ਨੂੰ। ਪਹਿਲੇ ਕੇਸ ਕੀ ਹੈ, ਜੋ ਫਿਗਰ 1 ਦੇ ਵਿੱਚ ਨਜ਼ਰ ਆ ਰਿਹਾ ਹੈਗਾ, ਤਾਂ ਪਹਿਲੇ ਕੇਸ ਵਿੱਚ ਇੱਕ ਫੋਰਸ ਹੈ ਜੋ ਇਸ ਪਾਸੇ ਲੱਗ ਰਹੀ ਹੈਗੀ ਹੈ, ਐੱਫ ਫੋਰਸ। ਦੂਸਰੇ ਪਾਸੇ ਦੋ ਡਾਇਰੈਕਸ਼ਨਸ ਨੇ, ਇੱਕ ਡਾਇਰੈਕਸ਼ਨ ਐਕਸ ਕਹਿ ਰਿਹਾ ਹੈਗਾ ਮੈਂ, ਦੂਸਰੇ ਪਾਸੇ ਜਿਹੜੀ ਡਾਇਰੈਕਸ਼ਨ ਹੈਗੀ ਉਹ ਮੈਂ ਉਸਨੂੰ ਵਾਈ ਡਾਇਰੈਕਸ਼ਨ ਕਹਿ ਰਿਹਾ ਹੈਗਾ। ਤਾਂ ਮਕਸਦ ਕੀ ਹੈ, ਆਪਾਂ ਦੇਖਣਾ ਚਾਹੁੰਦੇ ਹਾਂ ਕਿ ਇਹ ਦੋਨੋਂ ਡਾਇਰੈਕਸ਼ਨਸ ਜੋ ਕਿ 90 ਡਿਗਰੀ ਦੇ ਉੱਪਰ ਐਕਟ ਕਰ ਰਹੀਆਂ ਨੇ, ਇਹਨਾਂ ਦੋਨਾਂ ਪਾਸੇ ਆਪਣਾ ਜਿਹੜਾ ਹੈਗਾ ਫੋਰਸ ਦਾ ਫੋਰਸ ਦੇ ਕੰਪੋਨੈਂਟਸ ਕੀ ਹੋਣਗੇ। ਤਾਂ ਇਹ ਬੜੇ ਸਟੈਂਡਰਡ ਦੇ ਰਿਜ਼ਲਟ ਆ, ਤੁਸੀਂ ਜਾਣਦੇ ਹੋਵੋਗੇ। ਇੱਕ ਜਿਹੜਾ ਹੈਗਾ ਹੋਰੀਜੈਂਟਲ ਡਾਇਰੈਕਸ਼ਨ ਵਾਲੇ ਪਾਸੇ ਐੱਫ ਕੋਸ ਥੀਟਾ ਬਣੇਗਾ, ਅਤੇ ਵਰਟੀਕਲ ਡਾਇਰੈਕਸ਼ਨ ਵਾਲੇ ਪਾਸੇ ਜਿਹੜਾ ਹੈਗਾ ਐੱਫ ਸਾਈਨ ਥੀਟਾ ਬਣੇਗਾ। ਅਤੇ ਜਿਹੜਾ ਥੀਟਾ ਹੈਗਾ ਇਹ ਐਂਗਲ, ਜੋ ਫੋਰਸ ਐੱਫ ਹੈ ਹੋਰੀਜੈਂਟਲ ਡਾਇਰੈਕਸ਼ਨ ਦੇ ਨਾਲ ਜੋ ਐਂਗਲ ਬਣਾ ਰਹੀ ਹੈ, ਇਸ ਨੂੰ ਆਪਾਂ ਥੀਟਾ ਕਹਿ ਰਹੇ ਹੈਗੇ ਹਾਂ। ਤਾਂ ਇੱਕ ਬੜਾ ਸਟੈਂਡਰਡ ਜਿਹਾ ਰਿਜ਼ਲਟ ਹੈਗਾ ਕਿ ਫੋਰਸ ਦਾ ਐੱਫ ਦਾ ਜਿਹੜਾ ਕੰਪੋਨੈਂਟਸ ਨੇ ਐਕਸ ਡਾਇਰੈਕਸ਼ਨ ਅਤੇ ਵਾਈ ਡਾਇਰੈਕਸ਼ਨ ਵਾਲੇ ਪਾਸੇ ਕੀ ਹੋਣਗੇ। ਤਾਂ ਕੰਪੋਨੈਂਟ ਤੋਂ ਭਾਵ ਇੱਥੇ ਮਤਲਬ ਇਹ ਹੈ ਕਿ ਫੋਰਸ ਐੱਫ ਦਾ ਐਕਸ ਵਾਲੇ ਪਾਸੇ ਕਿੰਨਾ ਕੁ ਇਫੈਕਟ ਹੋਏਗਾ, ਠੀਕ ਹੈ, ਅਤੇ ਵਾਈ ਵਾਲੇ ਪਾਸੇ ਉਸਦਾ ਕਿੰਨਾ ਕੁ ਇਫੈਕਟ ਹੋਏਗਾ, ਇਸ ਨੂੰ ਆਪਾਂ ਕੰਪੋਨੈਂਟ ਦਾ ਨਾਮ ਦੇ ਰਹੇ ਹੈਗੇ ਹਾਂ। ਅਤੇ ਆਪਾਂ ਇਸ ਨੂੰ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਕਿ ਜੇ ਤੁਸੀਂ ਫੋਰਸ ਦੀ ਗੱਲ ਕਰੋ ਬਿਲਕੁਲ ਓਪੋਜ਼ਿਟ ਵਾਲੇ ਪਾਸੇ, ਤਾਂ ਇਹ ਮਾਈਨਸ ਐੱਫ ਹੋਏਗੀ, ਠੀਕ ਹੈ, ਬਿਲਕੁਲ ਓਪੋਜ਼ਿਟ ਸਾਈਡ 'ਤੇ ਮਾਈਨਸ ਇਫੈਕਟ ਕਰ ਰਹੀ ਹੋਏਗੀ। ਅਤੇ ਬਾਕੀ ਦੇ ਡਾਇਰੈਕਸ਼ਨ ਦੇ ਵਿੱਚ ਵੀ ਫੋਰਸ ਦਾ ਕੋਈ ਨਾ ਕੋਈ ਇਫੈਕਟ ਹੋਊਗਾ। 90 ਡਿਗਰੀ ਵਾਲੇ ਪਾਸੇ ਇਹਦਾ ਇਫੈਕਟ ਜ਼ੀਰੋ ਹੁੰਦਾ ਹੈਗਾ। ਤੁਸੀਂ ਉਹ ਐਗਜ਼ਾਮਪਲ ਦੇਖੀ ਹੋਊਗੀ ਫਿਜਿਕਸ ਦੇ ਵਿੱਚ ਕਿ ਜੇ ਔਰਤ ਜਿਹੜੀ ਹੈਗੀ ਹੈ, ਜੇ ਉਸਨੇ ਸਿਰ ਦੇ ਉੱਪਰ ਕੁਝ ਚੁੱਕਿਆ ਹੈਗਾ ਤਾਂ ਜ਼ੀਰੋ ਵਰਕ ਕਰ ਰਹੀ ਹੈਗੀ ਹੈ। ਤਾਂ ਜ਼ੀਰੋ ਵਰਕ ਇਸ ਲਈ ਕਰ ਰਹੀ ਹੁੰਦੀ ਕਿਉਂਕਿ 90 ਡਿਗਰੀ ਐਂਗਲ ਬਣ ਰਿਹਾ ਹੁੰਦਾ, ਕੋਸ 90 ਜ਼ੀਰੋ ਆ ਜਾਂਦਾ, ਉੱਥੇ ਜ਼ੀਰੋ ਵਰਕ ਡਨ ਹੋ ਰਿਹਾ ਹੁੰਦਾ। ਤਾਂ ਇਹ ਸਿਮੀਲਰ ਸਿਚੁਏਸ਼ਨ ਹੀ ਹੈਗੀ ਹੈ, ਕਿਉਂਕਿ ਉਧਰਲੇ ਪਾਸੇ ਫੋਰਸ ਦਾ ਐਕਸਟੈਂਡ ਜਿਹੜਾ ਹੈਗਾ ਉਹ ਨਹੀਂ ਹੋ ਰਿਹਾ, ਕਿਉਂਕਿ ਜਿਹੜੀ ਫੋਰਸ ਹੈ ਉਹ 90 ਡਿਗਰੀ ਦਾ ਐਂਗਲ ਬਣਾ ਰਹੀ ਹੈਗੀ ਉਸ ਡਾਇਰੈਕਸ਼ਨ ਵਾਲੇ ਪਾਸੇ ਜਿਸ ਪਾਸੇ ਵਰਕ ਹੋ ਰਿਹਾ ਹੈਗਾ। ਠੀਕ ਹੈ, ਇਹ ਕੇਸ ਆਪਾਂ ਦੇਖਿਆ ਹੈਗਾ ਜਿਹਦੇ ਵਿੱਚ ਆਪਣੇ ਫੋਰਸ ਦੇ ਦੋ ਕੰਪੋਨੈਂਟ ਦੋ ਔਰਥੋਗਨਲ ਡਾਇਰੈਕਸ਼ਨ ਵਾਲੇ ਪਾਸੇ ਆਪਾਂ ਹੁਣ ਤੱਕ ਜਾਣਦੇ ਹੈਗੇ ਕਿ ਐੱਫ ਕੋਸ ਥੀਟਾ ਅਤੇ ਐੱਫ ਸਾਈਨ ਥੀਟਾ ਹੋਊਗਾ। ਪਰ ਆਪਾਂ ਜਿਹੜਾ ਹੈਗਾ ਕੇਸ ਨੰਬਰ 'ਤੇ ਦੋ ਡਿਸਕਸ ਕਰਨਾ ਚਾਹੁੰਦੇ ਹੈਗੇ ਹਾਂ। ਇੱਥੇ ਜਿਹੜੀਆਂ ਡਾਇਰੈਕਸ਼ਨਸ ਨੇ ਦੋ, ਉਹ ਦੋਨੋਂ ਡਾਇਰੈਕਸ਼ਨ ਜਿਹੜੀਆਂ ਹੈਗੀਆਂ ਉਹ 90 ਡਿਗਰੀ ਦੇ ਐਕਟ ਨਹੀਂ ਕਰਦੀਆਂ ਹੈਗੀਆਂ। ਠੀਕ ਹੈ, ਆਹ ਆਪਣੀ ਫੋਰਸ ਐੱਫ ਹੈਗੀ ਹੈ, ਠੀਕ ਹੈ, ਗਿਵਨ ਫੋਰਸ ਹੋਏਗੀ। ਆਪਾਂ ਇਸ ਫੋਰਸ ਦੇ ਜਿਹੜੇ ਫੋਰਸ ਦੇ ਕੰਪੋਨੈਂਟ ਪਤਾ ਕਰਨੇ ਆ ਇਸ ਡਾਇਰੈਕਸ਼ਨ ਵਾਲੇ ਪਾਸੇ ਅਤੇ ਇਸ ਡਾਇਰੈਕਸ਼ਨ ਵਾਲੇ ਪਾਸੇ। ਠੀਕ ਹੈ, ਇੱਕ ਡਾਇਰੈਕਸ਼ਨ ਨੂੰ ਮੈਂ ਐਕਸ ਕਹੂੰਗਾ ਅਤੇ ਦੂਸਰੀ ਡਾਇਰੈਕਸ਼ਨ ਨੂੰ ਜਿਹੜਾ ਹੈਗਾ ਮੈਂ ਵਾਈ ਡਾਇਰੈਕਸ਼ਨ ਕਹੂੰਗਾ। ਅਤੇ ਇੱਥੇ ਆਪਾਂ ਨੂੰ ਕੀ ਦੇ ਰੱਖਿਆ ਹੋਊਗਾ, ਇੱਥੇ ਫੋਰਸ ਦੀ ਆਪਾਂ ਨੂੰ ਮੈਗਨੀਚੂਡ ਦੇ ਰੱਖੀ ਹੋਏਗੀ, ਅਤੇ ਆਪਾਂ ਨੂੰ ਆਹ ਐਂਗਲ ਦੇ ਰੱਖੇ ਹੋਣਗੇ। ਅਲਫਾ ਐਂਗਲ ਦੇ ਰੱਖਿਆ ਹੋਏਗਾ ਅਤੇ ਆਪਾਂ ਨੂੰ ਐਂਗਲ ਬੀਟਾ ਦੇ ਰੱਖਿਆ ਹੋਏਗਾ। ਅਲਫਾ ਐਂਗਲ ਜਿਹੜਾ ਹੈਗਾ ਫੋਰਸ ਐਕਸ ਡਾਇਰੈਕਸ਼ਨ ਨਾਲ ਬਣਾ ਰਹੀ ਹੋਏਗੀ, ਅਤੇ ਬੀਟਾ ਐਂਗਲ ਜਿਹੜਾ ਹੈਗਾ ਫੋਰਸ ਵਾਈ ਡਾਇਰੈਕਸ਼ਨ ਦੇ ਨਾਲ ਬਣਾ ਰਹੀ ਹੋਏਗੀ। ਅਤੇ ਆਪਾਂ ਦੇਖਣਾ ਚਾਹੁੰਦੇ ਹਾਂ ਕਿ ਇਸ ਵਾਲੀ ਫੋਰਸ ਦਾ ਇੱਧਰਲੇ ਪਾਸੇ ਕਿੰਨਾ ਇਫੈਕਟ ਹੋਏਗਾ, ਯਾਨੀ ਕਿ ਕਿੰਨਾ ਕੰਪੋਨੈਂਟ ਹੋਏਗਾ, ਅਤੇ ਇੱਧਰਲੇ ਪਾਸੇ ਜਿਹੜਾ ਹੈਗਾ ਇਹਦਾ ਕਿੰਨਾ ਇਫੈਕਟ ਹੋਏਗਾ ਜਾਂ ਕਿੰਨਾ ਕੰਪੋਨੈਂਟ ਹੋਏਗਾ, ਇਹ ਆਪਾਂ ਕੈਲਕੂਲੇਟ ਕਰਨਾ ਚਾਹੁੰਦੇ ਹਾਂ। ਆਪਾਂ ਫਾਰਮੂਲਾ ਬਣਾਉਣ ਦੀ ਕੋਸ਼ਿਸ਼ ਕਰਾਂਗੇ।
ठीक है। मैं दोबारा इतने जाना वापस इससे नूं आपां डिटेलिंग करते हैगे आ तां की होगा फिर आपां इस डायरेक्शन नूं ओ ए मान लेने हैगे आ ठीक है। आप कंप्लीट कर लेने हैं इसमें ओ बी मान लेने हैं पैरलोग्राम कंप्लीट करके, क्योंकि जी टोटल लेंथ हैगी वाली इस लेंथ नूं आपां स्पेसीफाई कर लेने हैगे आ। तो इस तरह दो लाइन पैरलर खिंच लेने हैगे आ, एक लाइन जी आ वाली है अपनी ओ बी नूं पैरलर होएगी तो जी आ वाली लाइन है ये ओ ए नूं पैरलर होएगी। ठीक हो गया। तो इस तरह एक अपनी पैरलोग्राम जी हैगी तैयार हो जाती है। ठीक है। तो जो ये पैरलोग्राम ओ ए सी बी पैरलोग्राम तैयार होगी तो आप हुण वापस उस पैरलोग्राम ला नूं ऑब्जर्व कर सकते हैं, वापस व्यू आउट कर सकते हैं। उस पैरलोग्राम ला दे अकॉर्डिंग फिर की होगा, जरा ओ ए है इस एफ का कंपोनेंट बन जाएगा। ठीक है। तो आ जरा ओ बी है ए एफ का कंपोनेंट वाई डायरेक्शन वाले पास बन जाएगा। ठीक हो गया। उस तो बाद जे आ वाला एंगल अल्फा है, सॉरी जे आ एंगल बीटा है तो आ भी एंगल बीटा ही होएगा क्योंकि अल्टरनेट एंगल ने। ठीक है। तो फिर आ एंगल कितना होगा, पाई माइनस अल्फा प्लस बीटा, जिमें कि जानते हैं ट्रैंगल के जोड़े होंगे कोण जोड़े होंगे उन्हों का सम 180 डिग्री होंगे। तो तीजा जोड़ा एंगल ओ ए सी जोड़ा है वो पाई माइनस अल्फा प्लस बीटा बन जूगा। तो बड़ा सौखा जहा हो गया। तो ये अपनी एक ट्रैंगल तैयार हो जाती है ओ ए सी। ठीक है। हूँ आप इसे ट्रैंगल के उपर ही जोर देना है, ट्रैंगल ओ ए सी। तो इस ट्रैंगल दी आपां नूं सारियां साइड्स पता ने, सारे एंगल पता ने, इहदी साइड ओ ए भी पता है, इहदी साइड ओ सी भी पता है, या इहनूं पता करना चाहते हैं तो अपनी साइड ए सी भी पता जो कि एफ दे बराबर हैगी है। ठीक है। तो हुण आपां इस ट्रैंगल दे विच साइन फॉर्मूला लगावांगे, अगे आने हैगे आ। तो सारी मैं डिटेलिंग की हुई है इत्थे कि अपना ए ओ सी आपां मन्निया होया एंगल अल्फा, तो बी ओ सी भी एंगल बीटा मन्निया होया दे रखे ने, बाकी दे एंगल फिर ट्रैंगल दे आ वाले बन जाएंगे। ठीक है। तो अब इतों एक चीज़ एक्सप्लेन की हुई है कि पैरलोग्राम ला दे अकॉर्डिंग फिर जो ओ ए ते ओ बी की होंगे फोर्स दे कंपोनेंट होंगे जिन्होंने आपां फाइंड करना चाहते हैं। तो हुण आपां की करते हैं कि जी ट्रैंगल कंप्लीट की है साइड्स के एंगल कंप्लीट किए वे उपर आप साइन फॉर्मूला लगा देना है। साइन फॉर्मूला की होंगे है कि जी साइड होंगी है वो प्रपोर्शनल होंगी है ओपोजिट एंगल दे। ठीक है। तो ओ ए दे सामने वाला एंगल कौन आऊगा ओपोजिट, वो बीटा है तो साइन बीटा आ जाएगा। ओ बी दे सामने वाला एंगल कौन है, वो अल्फा है तो साइन अल्फा आ जाएगा। तो ओ सी दे सामने वाला एंगल कौन है, पाई माइनस अल्फा प्लस बीटा। ठीक है। तो इस तरह आप जरा है अपना इतने साइन फॉर्मूला लग गया। इतों बड़ी आसानी ना आप ओ ए निकाल लाँगे तो ओ बी निकाल लाँगे। ठीक है। तो ओ के ओ ए की चीज़ है, ओ ए अपना एफ का कंपोनेंट है, तो ओ बी की चीज एफ का कंपोनेंट एक्स डायरेक्शन वाले पासे। इस तरह ओ बी की चीज़ है ए एफ का कंपोनेंट है वाई डायरेक्शन वाले पासे। तो यह बड़े सोहने फॉर्मूले ने जो अपन ईजीली दो डायरेक्शन के एफ के कंपोनेंट नू दे देंगे। इतने आपां नू एफ का पता होना चाहिए, अल्फा का पता होना चाहिए, तो बीटा का पता होना चाहिए, तो आप सारा कुछ निकाल सकते हैं। तो इन दोनों फार्मूलियां तो आप पर्टिकुलर रिजल्ट जो पिछला केस नंबर वन वो भी डिराइव कर सकते हैं, यानी कि जो अल्फा प्लस बीटा पाई बाय टू के बराबर हो, यानी कि दोनों डायरेक्शन एक्स से वाई विचकार जो 90 डिग्री का एंगल हो, तो उदो जे दोनों फार्मूले ने की बन जाएंगे, एफ कॉज अल्फा बन जाएगा तो एफ साइन अल्फा बन जाएगा, जो कि अपने उही वाले कंपोनेंट ने, पर ए वाले कंपोनेंट 90 डिग्री वाली डायरेक्शन से अलोंग है। ठीक है। एफ कॉज अल्फा तो एफ साइन अल्फा जो आप पिछले केस में डिस्कस किए। ठीक हो गया। तो इतने आप नोट डिस्कस करते हैं, पहला नोट तो चलो हो ही गया, जो अल्फा प्लस बीटा जो 90 डिग्री के बराबर हो जे एफ दे कंपोनेंट्स ने तो ये रिजोल्वड पार्ट्स कहलाएंगे एफ कॉज अल्फा तो एफ साइन अल्फा, जिन्हों कंपोनेंट्स की जगह पर आप रिजोल्वड पार्ट कहेंगे। जी बुक आप फॉलो कर रहे हैं खुद ही बुक वाला थोड़ा कन्फ्यूजन क्रिएट कर रहा है, कित कंपोनेंट ले जा रहा है कित रिजोल्वड पार्ट कही जा रहा है। तो इतने मैं रिपीट करना चाहवागा, कंपोनेंट का मतलब होंगे है कि किसी भी डायरेक्शन के अलोंग। ठीक है। जे एफ कोई फोर्स है तो ये कंपोनेंट्स आप किसी दो डायरेक्शन के लोंग फाइंड कर सकते हैं, तो वह दोनों डायरेक्शन जड़ियाँ है वो 90 डिग्री तो नहीं होनगियाँ। ठीक है। तो जे रिजोल्वड पार्ट की गल कर रहे हो तो दोनों डायरेक्शन जड़ियाँ है 90 डिग्री तो होनगियाँ। ये फर्क हैगा दोनों के कंपोनेंट्स से रिजोल्वड पार्ट के, मतलब कंपोनेंट के एक्स डायरेक्शन के वाई डायरेक्शन किसी भी एंगल से हो सकदियां ने, तो रिजोल्वड पार्ट के केस में की ने एक्स डायरेक्शन के वाई डायरेक्शन दोनों 90 डिग्री तो होनगियाँ। तो कंपोनेंट की बन गए फिर एफ कॉज अल्फा तो एफ साइन अल्फा। ठीक है।
ਤਾਂ ਕੰਪੋਨੈਂਟ ਰਿਜ਼ੋਲਵਡ ਪਾਰਟ ਹੀ ਹੁੰਦੇ ਨੇ, ਬਸ ਰਿਜ਼ੋਲਵ ਇਸ ਕੇਸ 'ਚ ਜਿਹੜਾ ਐਂਗਲ ਹੁੰਦਾ ਦੋਨਾਂ ਡਾਇਰੈਕਸ਼ਨ ਦੇ ਵਿਚਕਾਰ ਉਹ 90 ਡਿਗਰੀ ਹੁੰਦਾ ਹੈ। ਠੀਕ ਹੋ ਗਿਆ। ਅਤੇ ਇੱਥੇ ਇੱਕ ਬੜਾ ਜ਼ਰੂਰੀ ਪੱਖ ਹੈਗਾ ਕਿ ਜੇ ਆਪਣਾ ਅਲਫਾ ਪਾਈ ਬਾਈ 2 ਬਰਾਬਰ ਹੋਵੇ, ਪਾਈ ਬਾਈ 2 ਦੇ ਬਰਾਬਰ ਹੋਵੇ ਤਾਂ ਐਫ ਕੋਸ ਪਾਈ ਬਾਈ 2 ਜ਼ੀਰੋ ਆ ਜਾਏਗਾ, ਯਾਨੀ ਕਿ ਫੋਰਸ ਦਾ ਜਿਹੜਾ ਰਿਜ਼ੋਲਵਡ ਪਾਰਟ ਹੈ 90 ਡਿਗਰੀ ਵਾਲੀ ਡਾਇਰੈਕਸ਼ਨ ਵਾਲੇ ਪਾਸੇ ਜ਼ੀਰੋ ਹੁੰਦਾ ਹੈਗਾ। ਤਾਂ ਬੜਾ ਫੈਮਿਲੀਅਰ ਜਿਹਾ ਰਿਜ਼ਲਟ ਹੈਗਾ। ਤਾਂ ਆਪਾਂ ਹੁਣ ਐਕਸਰਸਾਈਜ਼ 2B ਵੱਲ ਵੱਧਦੇ ਹੈਗੇ ਆ। ਪਹਿਲਾ ਹੀ ਕੁਐਸਚਨ ਮੈਂ ਲਿਆ ਹੈਗਾ, ਰਿਜ਼ੋਲਵ ਏ ਫੋਰਸ ਆਫ 100 kg ਇਨ ਟੂ ਕੰਪੋਨੈਂਟਸ ਮੇਕਿੰਗ ਐਂਗਲ 60 ਡਿਗਰੀ ਵਿਦ ਇਟ ਔਨ ਦਾ 60 ਡਿਗਰੀ ਅਤੇ 90 ਡਿਗਰੀ ਮੇਰਾ ਥੋੜ੍ਹਾ ਮਿਸ ਹੋ ਗਿਆ ਅਤੇ ਲਿਖਣਾ ਸੀਗਾ 60 ਡਿਗਰੀ ਜਾਂ 90 ਡਿਗਰੀ ਵਿਦ ਇਟ ਔਨ ਦਾ ਓਪੋਜ਼ਿਟ ਸਾਈਡ। ਤਾਂ ਇੱਥੇ ਕੋਈ ਫੋਰਸ ਹੈਗੀ ਜਿਹੜੀ ਇੱਧਰਲੇ ਪਾਸੇ ਇਨਵੈਕਟ ਕਰ ਰਹੀ ਹੈ 100 ਕਿਲੋਗ੍ਰਾਮ, ਤਾਂ ਇਹਦੇ ਆਪਾਂ ਕੰਪੋਨੈਂਟ ਫਾਈਂਡ ਕਰਨੇ ਆ, ਇੱਕ ਇੱਧਰਲੇ ਪਾਸੇ ਪਤਾ ਕਰਨਾ ਅਤੇ ਇੱਕ ਇੱਧਰਲੇ ਪਾਸੇ ਪਤਾ ਕਰਨਾ। ਇੱਧਰਲੇ ਪਾਸੇ ਐਂਗਲ 90 ਡਿਗਰੀ ਬਣ ਰਿਹਾ, ਇੱਧਰਲੇ ਪਾਸੇ ਜਿਹੜਾ ਹੈਗਾ ਐਂਗਲ 60 ਡਿਗਰੀ ਬਣ ਰਿਹਾ ਹੈਗਾ। ਤਾਂ ਉਹ ਸਿੰਪਲ ਆਪਣਾ ਫਾਰਮੂਲਾ ਯੂਜ਼ ਹੋ ਜਾਏਗਾ। ਪਹਿਲੇ ਕੇਸ ਵਿੱਚ ਆਪਣਾ ਕੰਪੋਨੈਂਟ ਐਫ ਵਾਲਾ ਜਿਹੜਾ ਕਾਹਦੇ ਬਰਾਬਰ ਹੋਊਗਾ, ਐਫ 100 ਸਾਈਨ ਬੀਟਾ, ਯਾਨੀ ਕਿ ਆਹ ਵਾਲਾ, ਠੀਕ ਹੈ, ਸਾਈਨ ਬੀਟਾ ਯਾਨੀ ਕਿ ਸਾਈਨ ਦੇ 60 ਡਿਗਰੀ ਆ ਜਾਏਗਾ। ਅਤੇ ਥੱਲੇ ਕੀ ਹੋਊਗਾ, ਸਾਈਨ ਅਲਫਾ ਪਲੱਸ ਬੀਟਾ ਯਾਨੀ ਕਿ 90 ਪਲੱਸ 60। ਇਹਨੂੰ ਸੋਲਵ ਵਗੈਰਾ ਕਰਾਂਗੇ ਤਾਂ ਕੁੱਲ ਮਿਲਾ ਕੇ ਆਪਣਾ ਸਕੇਅਰ ਰੂਟ 3 100 ਆ ਜਾਏਗਾ ਕਿਲੋਗ੍ਰਾਮ। ਸੋ ਥੋੜ੍ਹਾ ਫਰਦਰ ਮਲਟੀਪਲੀਕੇਸ਼ਨ ਕਰੋਗੇ ਤਾਂ 173.2 ਕਿਲੋਗ੍ਰਾਮ ਆ ਜਾਏਗਾ। ਦੂਸਰੇ ਕੇਸ ਜਿਹੜਾ ਕਿਊ ਕੰਪੋਨੈਂਟ ਹੈ, ਇਹਦੇ ਕੇਸ 'ਚ ਕੀ ਆਵਾਂਗੇ, 100 ਗੁਣਾ ਸਾਈਨ 90 ਆਏਗਾ, ਠੀਕ ਹੈ, 100 ਗੁਣਾ ਸਾਈਨ 90। ਸਾਈਨ 90 1 ਹੁੰਦਾ ਹੈਗਾ ਅਤੇ ਥੱਲੇ ਕੋਸ 60 ਆ ਜਾਏਗਾ 1/2, ਤਾਂ ਕੀ ਬਣ ਜਾਏਗਾ, 200 ਆ ਜਾਏਗਾ। ਤਾਂ ਇਸਦਾ ਮਤਲਬ ਕੀ ਹੋਇਆ ਫਿਰ, ਜਿਹੜੀ ਇਸ ਵਾਲੀ ਫੋਰਸ ਦਾ ਜਿਹੜਾ ਕੰਪੋਨੈਂਟ ਹੈ, ਇਸ ਵਾਲੀ ਫੋਰਸ ਦਾ ਜਿਹੜਾ ਕੰਪੋਨੈਂਟ ਹੈ ਇੱਧਰਲੇ ਪਾਸੇ ਕਿੰਨਾ ਹੋਊਗਾ, 173.2 ਕਿਲੋਗ੍ਰਾਮ, ਅਤੇ ਇੱਧਰਲੇ ਪਾਸੇ ਕਿੰਨਾ ਹੋਊਗਾ, 200 ਕਿਲੋਗ੍ਰਾਮ ਹੋਏਗਾ ਇਫੈਕਟ ਇਸ ਫੋਰਸ ਦਾ, 100 ਕਿਲੋਗ੍ਰਾਮ ਫੋਰਸ ਦਾ, ਠੀਕ ਹੈ। ਅੱਗੇ ਕੁਐਸਚਨ ਹੈਗਾ ਆਪਣਾ, ਇਹ 120 ਕਿਲੋਗ੍ਰਾਮ ਫੋਰਸ ਇਜ਼ ਰਿਜ਼ੋਲਵਡ ਇਨ ਟੂ ਕੰਪੋਨੈਂਟਸ ਅਲੋਂਗ ਏ ਬੀ ਐਂਡ ਏ ਸੀ। ਇਹ ਕੰਪੋਨੈਂਟ ਅਲੋਂਗ ਏ ਸੀ ਇਜ਼ ਮੈਗਨੀਚਿਊਡ ਆਫ 120 kg, ਡਿਟਰਮਿਨ ਦਾ ਐਂਗਲ ਅਲਫਾ ਐਂਡ ਦਾ ਅਦਰ ਐਂਗਲ। ਹੁਣ ਇਸ ਕੁਐਸਚਨ ਨੂੰ ਮੈਂ ਥੋੜ੍ਹਾ ਧਿਆਨ ਨਾਲ ਦੇਖਿਆ, ਕੁਐਸਚਨ ਦੇ ਵਿੱਚ ਨਾ ਕੁਛ ਕਮੀਆਂ ਨੇ, ਮੈਨੂੰ ਲੱਗਦਾ ਬੁੱਕ ਦੇ ਵਿੱਚ ਕੁਛ ਮਿਸਪ੍ਰਿੰਟ ਹੈ, ਇਹਨਾਂ ਨੇ ਕੁਐਸਚਨ ਦੇ ਵਿੱਚ ਪੂਰੀ ਡਿਟੇਲ ਨਹੀਂ ਦਿੱਤੀ ਹੈਗੀ, ਕੋਈ ਕੁਛ ਮਿਸਿੰਗ ਹੈ, ਤਾਂ ਇਸ ਕੁਐਸਚਨ ਨੂੰ ਮੈਂ ਛੱਡਤਾ ਹੈਗਾ। ਕਿਉਂਕਿ ਸਿਰਫ ਇੱਕ ਫੋਰਸ ਅਤੇ ਦੂਸਰੇ ਪਾਸੇ ਕੰਪੋਨੈਂਟ ਦੇ ਰੱਖਿਆ ਹੈਗਾ, ਇੱਕ ਚੀਜ਼ ਹੋਰ ਹੋਣੀ ਚਾਹੀਦੀ ਸੀਗੀ, ਅਲਫਾ ਜਾਂ ਬੀਟਾ ਵਿੱਚੋਂ ਇੱਕ ਐਂਗਲ ਦੇਣਾ ਚਾਹੀਦਾ ਸੀਗਾ, ਜੋ ਕਿ ਨਹੀਂ ਦਿੱਤਾ ਹੈਗਾ। ਤਾਂ ਇਹ ਕੁਐਸਚਨ ਮੈਨੂੰ ਥੋੜ੍ਹਾ ਅਧੂਰਾ ਲੱਗਦਾ ਹੈਗਾ, ਤੁਸੀਂ ਆਪਣੇ ਲੈਵਲ 'ਤੇ ਦੇਖ ਸਕਦੇ ਹੋ, ਪਰ ਮੈਨੂੰ ਇਹ ਜਿਹੜਾ ਕੁਐਸਚਨ ਅਧੂਰਾ ਲੱਗਿਆ, ਤਾਂ ਇਸ ਲਈ ਮੈਂ ਇਸਨੂੰ ਛੱਡਤਾ ਕੁਐਸਚਨ ਨੂੰ, ਤਾਂ ਮੈਂ ਥੋੜ੍ਹਾ ਨੋਟ ਵੀ ਲਿਖਿਆ ਹੋਇਆ। ਹਾਂ, ਹੁਣ ਆਪਾਂ ਅੱਗੇ ਚੱਲਦੇ ਹੈਗੇ ਕੁਐਸਚਨ ਨੰਬਰ 4। ਪੀ ਐਂਡ ਕਿਊ ਆਰ ਟੂ ਕੰਪੋਨੈਂਟਸ ਆਫ ਗਿਵਨ ਫੋਰਸ ਐਫ ਐਂਡ ਇਟਸ ਲਾਈਨ ਆਫ ਐਕਸ਼ਨ ਡਿਵਾਈਡਸ ਦ ਐਂਗਲ ਬਿਟਵੀਨ ਦੈਮ ਇਨ 1:2 ਰੇਸ਼ੋ। ਪ੍ਰੂਵ ਦੈਟ ਕਿਊ ਇੰਟੂ ਐਫ ਪਲੱਸ ਕਿਊ ਇਜ਼ ਇਕੁਅਲ ਟੂ ਪੀ ਸਕੇਅਰ। ਤਾਂ ਇੱਥੇ ਆਪਾਂ ਨੂੰ ਕੀ ਹੈਗਾ, ਇੱਕ ਫੋਰਸ ਦੇ ਰੱਖੀ ਹੈਗੀ ਆ, ਠੀਕ ਹੈ, ਆਹ ਵਾਲੀ ਐਫ ਫੋਰਸ। ਐਫ ਫੋਰਸ ਕੀ ਕਰਦੀ ਹੈ, ਦੋ ਕੰਪੋਨੈਂਟਸ ਡਿਵਾਈਡ ਕੀਤਾ ਪੀ ਅਤੇ ਕਿਊ। ਤਾਂ ਖਾਸੀਅਤ ਕੀ ਹੈ ਕਿ ਜਿਹੜੀ ਐਫ ਫੋਰਸ ਹੈ ਪੀ ਅਤੇ ਕਿਊ ਦੇ ਵਿਚਕਾਰ ਜਿਹੜਾ ਐਂਗਲ ਹੈ, ਠੀਕ ਹੈ, ਉਹਨੂੰ ਇੱਕ ਦੋ ਰੇਸ਼ੋ 'ਚ ਵੰਡ ਰਹੀ ਹੈਗੀ ਹੈ, ਠੀਕ ਹੈ। ਤਾਂ ਜੇ ਆਪਾਂ ਇੱਕ ਐਂਗਲ ਨੂੰ ਅਲਫਾ ਮੰਨ ਲਈਏ ਤਾਂ ਫਿਰ ਦੂਸਰਾ ਐਂਗਲ ਜਿਹੜਾ ਹੈਗਾ 2 ਅਲਫਾ ਹੋ ਜਾਏਗਾ, ਬੜੀ ਸਧਾਰਨ ਜਿਹੀ ਗੱਲ ਹੈਗੀ ਹੈ, ਠੀਕ ਹੈ। ਜੇ ਆਪਾਂ ਇਸ ਵਾਲੇ ਐਂਗਲ ਨੂੰ ਅਲਫਾ ਮੰਨ ਲਈਏ ਤਾਂ ਆਹ ਐਂਗਲ ਕੀ ਬਣ ਜਾਏਗਾ, 2 ਅਲਫਾ ਬਣ ਜਾਏਗਾ। ਤਾਂ ਇਸ ਤਰ੍ਹਾਂ ਆਪਣਾ ਐਂਗਲ ਜਿਹੜੇ ਪਤਾ ਲੱਗ ਜਾਣਗੇ ਆਪਾਂ ਨੂੰ, ਕਲੀਅਰ। ਹੁਣ ਫੋਰਸ ਇੱਥੇ ਆਪਣੀ ਐਫ ਹੈਗੀ ਹੈ ਅਤੇ ਜਿਹੜੇ ਕੰਪੋਨੈਂਟ ਨੇ ਉਹ ਪੀ ਅਤੇ ਕਿਊ ਨੇ। ਆਪਾਂ ਪਹਿਲਾ ਫਾਰਮੂਲਾ ਲਗਾਉਂਦੇ ਹਾਂ, ਪੀ ਕੀ ਹੈਗੀ, ਐਫ ਸਾਈਨ 2 ਅਲਫਾ, ਇੱਧਰਲੇ ਪਾਸੇ ਵਾਲਾ ਐਂਗਲ ਲਵਾਂਗੇ, ਬਟਾ ਸਾਈਨ ਅਲਫਾ ਪਲੱਸ 2 ਅਲਫਾ, ਕੀ ਬਣ ਜਾਏਗਾ ਇਹ। ਚਲੋ ਇਥੋਂ ਆਪਾਂ ਇੱਕ ਨੰਬਰ ਲਿਖ ਕੇ ਰੱਖ ਦਿੰਦੇ ਹੈਗੇ ਹਾਂ। ਅਤੇ ਦੂਸਰਾ ਕਿਹੜਾ ਹੋਇਆ, ਕਿਊ ਕੰਪੋਨੈਂਟ, ਉਹ ਐਫ ਸਾਈਨ ਅਲਫਾ, ਇੱਧਰਲੇ ਪਾਸੇ ਵਾਲਾ ਐਂਗਲ ਲਵਾਂਗੇ, ਬਟਾ ਸਾਈਨ ਅਲਫਾ ਪਲੱਸ 2 ਅਲਫਾ। ਅਤੇ ਆਪਾਂ ਕੀ ਕਰਨਾ ਹੈਗਾ, 1 ਅਤੇ 2 ਨੂੰ ਭਾਗ ਕਰ ਦੇਣਾ ਹੈਗਾ ਆਪਸ ਦੇ ਵਿੱਚ। ਜਦੋਂ 1 ਅਤੇ 2 ਨੂੰ ਭਾਗ ਕਰੋਗੇ ਤਾਂ ਸਾਈਨ 3 ਅਲਫਾ ਜਿਹੜਾ ਕੱਟਿਆ ਜਾਊਗਾ, ਅਤੇ ਇਸ ਤਰ੍ਹਾਂ ਬਣ ਜਾਏਗਾ। ਇੱਥੇ ਹੁਣ ਸਾਈਨ 2 ਅਲਫਾ ਨੂੰ ਆਪਾਂ ਲਿਖ ਸਕਦੇ ਹਾਂ ਸਾਈਨ 2 ਸਾਈਨ ਅਲਫਾ ਕੋਸ ਅਲਫਾ, ਅਤੇ ਸਾਈਨ ਸਾਈਨ ਕੱਟੇ ਜਾਣਗੇ, ਇਕੱਲਾ ਕੋਸ ਅਲਫਾ ਬਣ ਜਾਏਗਾ। ਅਤੇ ਕੋਸ ਅਲਫਾ ਲਈ ਇਸ ਤਰ੍ਹਾਂ ਇੱਕ ਫਾਰਮੂਲਾ ਤਿਆਰ ਹੋ ਜਾਊਗਾ, ਪੀ ਬਟਾ 2 ਕਿਊ। ਹੁਣ ਆਪਾਂ ਨੂੰ ਪਤਾ ਹੈ ਕਿ ਆਪਾਂ ਟ੍ਰੈਂਗਲ ਲਗਾ ਕੇ ਪਾਇਥਾਗੋਰਸ ਥਿਊਰਮ ਲਗਾ ਕੇ ਜੇ ਇਸ ਕੋਸ ਅਲਫਾ ਦੀ ਵੈਲਿਊ ਪਤਾ ਹੈ ਤਾਂ ਸਾਈਨ ਅਲਫਾ ਦੀ ਵੈਲਿਊ ਵੀ ਕੱਢ ਸਕਦੇ ਹਾਂ, ਬੜਾ ਸੌਖਾ ਜਿਹਾ ਤਰੀਕਾ ਹੈਗਾ। ਤਾਂ ਆਪਾਂ ਇਸ ਤਰ੍ਹਾਂ ਨੂੰ 2-3 ਨੰਬਰ ਅਤੇ 4 ਨੰਬਰ ਲਿਖ ਕੇ ਰੱਖ ਲੈਂਦੇ ਹੈਗੇ ਹਾਂ। ਕੋਸ ਅਲਫਾ ਲਈ ਆਪਾਂ 3 ਨੰਬਰ ਲੈ ਲੈਂਦੇ ਹਾਂ ਅਤੇ ਸਾਈਨ ਅਲਫਾ ਲਈ ਆਪਾਂ 4 ਨੰਬਰ ਲੈ ਲੈਂਦੇ ਹੈਗੇ ਹਾਂ, ਠੀਕ ਹੈ। ਤਾਂ ਆਪਾਂ ਦੁਬਾਰਾ ਫਿਰ ਵਾਪਸ ਆਉਂਦੇ ਹਾਂ ਪਹਿਲੀ ਨੰਬਰ ਰਿਲੇਸ਼ਨ ਦੇ ਵਿੱਚ, ਉਸਨੂੰ ਦੁਬਾਰਾ ਲਿਖਦੇ ਹਾਂ।
पहली नंबर रिलेशन आप किया जरा साइन दो अल्फा है उसनों आप लिखता दो साइन अल्फा तो कॉज अल्फा, तो जरा साइन तीन अल्फा है उसनों आप लिखता तीन साइन अल्फा माइनस चार साइन क्यूब अल्फा, ये थोड़ा पता होएगा। तो जरा आ साइन है ये एक साइन नाल कट्टा जाऊगा तो इस तरह बन जाएगा। ठीक है अगे आने तो कॉज अल्फा तो साइन अल्फा की वैल्यू भर दो, ठीक है जिते जिते भी हैगी है तो इस तरह रिलेशन बन जाएगी। कुछ आप कैंसलेशन वगैरह करेंगे तो इस तरह बन जाएगा। फरदर होर सिंपलीफिकेशन करो तो थोड़ा जोड़ा है प्रूव करना जो है वह प्रूव ईजीली हो जाएगा। तो कोई खास मुश्किल क्वेश्चन मैं नहीं लगा है। हाँ अगे चलते हैं क्वेश्चन नंबर 7। द रिजॉल्व पार्ट ऑफ ए फोर्स 30 kg इन ए डायरेक्शन इज हाफ ऑफ इट, फाइंड इट्स इनक्लिनेशन विद द फोर्स एंड आल्सो फाइंड अदर रिजॉल्व पार्ट। तो इतने उन्हें यह क्या है कि 32 kg की कोई फोर्स हैगी है, इस 32 kg फोर्स का जो रिजॉल्व पार्ट है किसी दूसरी डायरेक्शन वाले पासे अद्धा है ये नालों। ठीक है तो हम तो ख्याल रखना तो रिजॉल्व पार्ट की कंपोनेंट की जगह तो रिजॉल्व पार्ट दे रखा है। तो यह मतलब जो फिर दो डायरेक्शन लवेंगे आप एक आ डायरेक्शन आ डायरेक्शन 90 degree दी फोर्स एक्ट कर रही हो। ठीक है क्योंकि इतने रिजॉल्व पार्ट मैनशन किया ना कि कंपोनेंट। ठीक हो गया तो वैसे मैं नोट भी लिखा है मैंने थोड़ा ये क्योंकि बुक के कई जगह पर कन्फ्यूजन आप ही क्रिएट कर रहा है इस करके मैं इसनों इतने एज ए नोट लिख लिया है। तो तुम ध्यान देना कि इसनों कंपोनेंट तो रिजॉल्व पार्ट में थोड़ा फर्क नोट करने की कोशिश करो। मैं पहला भी बोल चुका है तो इसको क्लीयर कर लियो अपने दिमाग के। ठीक है तो आप हम 32 kg की फोर्स हैगी है लग रही है तो 32 kg फोर्स के दो कंपोनेंट बन गए, एक तो बनेगा 32 cos अल्फा तो एक बनेगा 32 sin अल्फा। तो 32 cos अल्फा जोड़ा है आप बराबर कर देंगे अद्धा फोर्स का, यानी एक बड़ा दो 32 उन्हें कह रखे ना कि एक डायरेक्शन वाले पासे यदा अद्ध है। ठीक है तो 32 cos अल्फा का बराबर है फिर एक बड़ा दो 32 तो यह 16 आ जाएगा। तो थोड़ा बहुत रीअरेंजमेंट करन तो बाद अल्फा कि आ जाएगा 60 degree आ जाएगा। तो दूजा रिजॉल्व कंपोनेंट कितना है एफ साइन अल्फा उत्ते वैल्यू पुट कर दो, एफ की 32 पुट कर दो अल्फा की 60 degree पुट कर दो, साइन 60 जोड़ा होंगे स्केयर रूट 3/2 के बराबर होंगे तो फाइनल आंसर अपना इन्ना आ जाएगा। तो यह अपना रिजॉल्व पार्ट या कंपोनेंट्स ऑफ गिवन फोर्स आ गया। ये कंप्लीट होंगी एक्सरसाइज, थोड़े ही क्वेश्चन ज़्यादा मुश्किल नहीं है। तो ये जी नोट करने वाली गल यही है, दो गल्ला नोट करने वाली है कि जरा पहला केस है वह आप दो फोर्सेस का रिजल्टन पता करते सीगे, तो इतने एक तरह रिजल्टन दे रखे फोर्सेस नू पता करना है। ठीक है जिन्होंने आप कंपोनेंट्स बोल रहे हैं। तो दूसरी गल जी नोट करने वाली हैगी है रिजॉल्व पार्ट के कंपोनेंट्स के फर्क। ठीक है तो कंपो रिजॉल्व कंपोनेंट्स की होंगे है जिन्हें फोर्सेस जिन्हें डायरेक्शनज ने जिन्हें पास आप फोर्स का इफेक्ट पता करना है वह 90 degree से हमेशा एक्ट नहीं कर दिया होंगे, पर रिजॉल्व पार्ट के केसिस जो डायरेक्शन होंगे जिन्हें पास आप कंपोनेंट्स फाइन करना चाहते होंगे वो 90 degree से होंगे है। बस इन्ना फर्क है, इसको तुम जरूर नोट करके रखियो।